ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਗੁਰਮੀਤ ਨਿੱਜਰ ਅੱਜ ਅਸੀਂ ਪਹੁੰਚ ਚੁੱਕੇ ਹਾਂ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਇੱਕ ਭਾਰੀ ਇਕੱਠ ਹੋਣ ਜਾ ਰਿਹਾ ਹੈ ਇਹ ਇਕੱਠ 7 ਤਰੀਕ ਨੂੰ ਪਟਿਆਲਾ ਵਿਖੇ ਹੋਣ ਵਾਲੀ ਜਬਰ ਵਿਰੋਧੀ ਰੈਲੀ ਦੇ ਸੰਬੰਧ ਵਿੱਚ ਹੋਣ ਜਾ ਰਿਹਾ ਹੈ ਜਿਸ ਨੂੰ ਸੰਬੋਧਨ ਕਰਨ ਵਾਸਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਵੀ ਪਹੁੰਚ ਰਹੀ ਹੈ ਇੱਥੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਜਿੱਥੇ ਵਿਰੋਧੀ ਧਿਰ ਵੱਲੋਂ ਪਟਿਆਲਾ ਵਿਖੇ 7 ਤਰੀਕ ਨੂੰ ਰੈਲੀ ਕੀਤੀ ਜਾ ਰਹੀ ਹੈ ਉੱਥੇ ਸੱਤਾ ਧਿਰ ਵੱਲੋਂ ਵੀ ਬਾਦਲ ਦੇ ਹਲਕਾ ਲੰਮੀ ਵਿਖੇ ਇੱਕ ਰੈਲੀ ਕੀਤੀ ਜਾ ਰਹੀ ਹੈ ਜਿਸ ਦਾ ਹਰ ਪਾਰਟੀ ਵਰਕਰਾਂ ਦੇ ਵਿੱਚ ਇੱਕ ਬੜਾ ਸਸਪੰਜ ਪੈਦਾ ਹੋਇਆ ਹੈ ਕਿ ਮੌਜੂਦਾ ਧਿਰ ਨੂੰ ਕਿਉਂ ਕਰਨੀਆਂ ਪੈ ਰਹੀਆਂ ਨੇ ਰੈਲੀਆਂ ਇਸ ਬਾਰੇ ਆਪਾਂ ਜਾਣਦੇ ਹਾਂ ਪਹੁੰਚਣ ਵਾਲੇ ਵਰਕਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਕੋਲੋਂ ਪਿੰਡ ਸਾਹਨੇਵਾਲ ਹਲਕੇ 'ਚ ਪੈਂਦਾ ਹਾਂਜੀ ਕੀ ਨਾਮ ਹੈ ਜੀ ਆਪਣਾ ਸਾਬਕਾ ਸਰਪੰਚ ਦਿਲਬਾਗ ਸਿੰਘ ਮਾਂਗਟ ਮੰਗਤ ਸਾਹਿਬ ਜਿਹੜੀਆਂ ਇਹ ਬੇਅਦਬੀ ਕਾਂਡ ਹੋਇਆ ਸੀਗਾ ਹਾਂਜੀ ਅਤੇ ਕਾਂਗਰਸ ਸ਼ਰੇਆਮ ਦੋਸ਼ ਲਾ ਰਹੀ ਸੀਗੀ ਅਕਾਲੀ ਦਲ ਦੇ ਉੱਪਰ ਇਹ ਅਕਾਲੀਆਂ ਨੇ ਨਹੀਂ ਕਰਾਇਆ ਜੀ ਇਹ ਸ਼ਰਾਰਤੀ ਅਨਸਰਾਂ ਨੇ ਕਰਾਇਆ ਕੋਈ ਆਪਣੇ ਘਰ ਨੂੰ ਕੋਈ ਫੂਕਦਾ ਨਹੀਂ ਹੁੰਦਾ ਇਹ ਜਿਹੜਾ ਬਦਨਾਮ ਕਰਨ ਦੀ ਬਾਰੇ ਇਹਨਾਂ ਦਾ ਕੋਈ ਚਾਰਾ ਨਹੀਂ ਚੱਲਦਾ ਇਹ ਰਾਜ ਦੇ ਵਿੱਚ ਆ ਨਹੀਂ ਸਕਦੇ ਇਹ ਦੋਸ਼ ਮੂਹਰੇ ਲਾ ਕੇ ਉਹਨਾਂ ਨੇ ਰਾਜ ਭਾਗ ਸੰਭਾਲਿਆ ਨਹੀਂ ਉਹਨਾਂ ਨੇ ਸੰਭਾਲ ਲਿਆ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਵਾਈਜ਼ ਜੇ ਆਪਾਂ ਗੱਲ ਕਰੀਏ ਪਿੰਡ ਵਾਈਜ਼ ਗੱਲ ਕਰੀਏ ਜੀ ਲੋਕਾਂ ਦੇ ਦਿਲਾਂ 'ਚ ਬਿਠਾਈ ਗਈ ਹੈ ਇਹ ਗੱਲ ਬੇਅਦਬੀ ਦੀ ਸ਼੍ਰੋਮਣੀ ਅਕਾਲੀ ਦੇ ਉੱਪਰ ਉਹ ਤਾਂ ਗੁੰਮਰਾਹ ਕੀਤਾ ਗਿਆ ਤੁਹਾਡੇ ਮੁਤਾਬਕ ਗੁੰਮਰਾਹ ਕੀਤਾ ਗਿਆ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਪਿੰਡ ਪੱਧਰ 'ਤੇ ਕੀ ਕਰ ਰਿਹਾ ਹੁਣ ਮੀਟਿੰਗਾਂ ਕਰੂਗੀ ਲੋਕਾਂ ਨੂੰ ਦੱਸੂਗੀ ਥਾਂ ਥਾਂ ਜਥੇਬੰਦੀਆਂ ਬਣਨਗੀਆਂ ਜਿੱਥੇ ਗਲਤ ਬੰਦੇ ਅੰਦਰ ਪੈਦਾ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ ਰਾਜਨੀਤੀ ਜੇ ਆਪਾਂ ਗੱਲ ਕਰੀਏ ਰਾਜਨੀਤੀ ਅਤੇ ਧਰਮ ਕੀ ਇਹਨਾਂ ਨੂੰ ਇਕੱਠਾ ਕਰਨਾ ਸਮਝਦਾਰੀ ਹੈ ਜਾਂ ਨਹੀਂ ਇਹ ਤਾਂ ਵੱਖੋ ਵੱਖਰੇ ਚਾਹੀਦੇ ਨੇ ਜੀ ਅਤੇ ਤੁਸੀਂ ਅੱਜ ਕਿਸ ਕੰਮ ਲਈ ਆਏ ਹੋ ਜੀ ਗੁਰਦੁਆਰਾ ਸਾਹਿਬ ਅੱਜ ਤਾਂ ਜੀ ਸੁਖਬੀਰ ਸਿੰਘ ਬਾਦਲ ਨੇ ਆਉਣਾ ਇਸ ਲਈ ਆਏ ਇਹਨੂੰ ਵੱਖੋ ਵੱਖਰੀ ਨਹੀਂ ਆਪਾਂ ਕਹਿਣ ਕਹਿ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਰਾਜਨੀਤੀ ਅਤੇ ਧਰਮ ਵੱਖੋ ਵੱਖਰੇ ਚਾਹੀਦੇ ਹੈ ਅੱਜ ਸੁਖਬੀਰ ਸਿੰਘ ਬਾਦਲ ਇੱਕ ਰਾਜਨੀਤਿਕ ਮੀਟਿੰਗ ਕਰਨ ਆਏ ਨੇ ਤੁਸੀਂ ਵੀ ਇੱਥੇ ਪਹੁੰਚੇ ਹੋਏ ਹੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਇਹ ਕਿ ਪਹਿਲਾਂ ਤੋਂ ਚੱਲਦੀ ਹੈ ਜੀ ਨਾਲ ਰਾਜਨੀਤਿਕ ਤਾਂ ਇਹਦੀ ਅਕਾਲੀਆਂ ਦਾ ਹੁਣੇ ਤੁਸੀਂ ਕਿਹਾ ਸੀ ਵੱਖੋ ਵੱਖਰੇ ਧਰਮ ਬਿਨਾਂ ਨਾ ਰਾਜ ਚੱਲਿਆ ਰਾਜ ਬਿਨਾਂ ਸਭ ਦਲੇ ਮਰੇ ਹੈ ਜੇ ਤਾਂ ਧਰਮ ਰਾਜ ਤੋਂ ਬਿਨਾਂ ਧਰਮ ਵੀ ਨਹੀਂ ਚੱਲਦਾ ਹੁਕਮ ਕਰੂ ਪਾਰਟੀ ਤੋਂ ਕਹਿਣ ਗੱਲ ਜੋ ਹੁਕਮ ਹੈ ਅਕਾਲੀ ਦਲ ਦਾ ਰਾਜ ਅਤੇ ਧਰਮ ਇਕੱਠਾ ਚੱਲਦਾ ਅਕਾਲੀ ਦਲ ਨੇ ਹਮੇਸ਼ਾ ਹੀ ਇਹ ਤਾਂ ਗੁਰੂ ਸਾਹਿਬ ਦੇ ਅਰਦਾਸ ਦੇ ਵਿੱਚ ਹੈ ਤੁਹਾਡੇ ਹਲਕੇ ਦੇ ਵਿੱਚੋਂ ਗੱਲ ਕਰੀਏ ਤਾਂ ਕਿੰਨੇ ਕੁ ਅੱਜ ਇਸ ਮੀਟਿੰਗ ਦੇ ਵਿੱਚ ਪਹੁੰਚ ਰਹੇ ਨੇ ਸਾਡੇ ਪਿੰਡੋਂ 4 ਬੰਦੇ ਆਇਆ ਜੀ ਹੋਰ ਪਤਾ ਨਹੀਂ ਬਰੋਬਰ ਸੇਮ ਡੇ ਲੰਬੀ ਦੇ ਵਿੱਚ ਰੈਲੀ ਰੱਖੀ ਹੈ ਇਹਨਾਂ ਦੀ ਇਸ ਰੈਲੀ ਨੂੰ ਇੱਕ ਆਮ ਵਰਕਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕਿਸ ਨਜ਼ਰੀਏ ਨਾਲ ਦੇਖਦਾ ਦੇਖੋ ਇਹਦੇ ਗੱਲ ਨੂੰ ਤਾਂ ਕਾਂਗਰਸ ਦਾ ਇੱਕ MLA ਹੀ ਇਨਕਾਰ ਚੁੱਕਾ ਜਿਹੜੀ ਕਿ ਸਰਕਾਰਾਂ ਦਾ ਕੰਮ ਨਹੀਂ ਰੈਲੀਆਂ ਕਰਨ ਦਾ ਸਰਕਾਰਾਂ ਦਾ ਕੰਮ ਆ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ਦਾ ਇਹ ਕੰਮ ਹੈਗਾ ਵਿਰੋਧੀ ਪਾਰਟੀਆਂ ਦਾ ਵਿਰੋਧੀ ਪਾਰਟੀਆਂ ਦਾ ਕੰਮ ਆ ਰੈਲੀਆਂ ਕਰਕੇ ਸਰਕਾਰ ਦੀਆਂ ਨਾਕਾਮੀਆਂ ਦੱਸਣੀਆਂ ਸਰਕਾਰ ਦੀਆਂ ਕਿਤੇ ਘਾਟ ਕਮਜ਼ੋਰੀਆਂ ਨੇ ਚਾਹੇ ਉਹ ਅਸੀਂ ਸਗਨ ਸਕੀਮਾਂ ਦਾ ਲੈ ਲਈਏ ਚਾਹੇ ਅਸੀਂ ਕਰਜ਼ਾ ਮਾਫੀ ਦਾ ਲੈ ਲਈਏ ਚਾਹੇ ਮੋਬਾਈਲਾਂ ਦਾ ਲੈ ਲਈਏ ਚਾਹੇ ਘਰ ਘਰ ਨੌਕਰੀ ਦਾ ਲੈ ਲਈਏ ਸ਼੍ਰੋਮਣੀ ਅਕਾਲੀ ਦਲ ਕੋਲ ਤਾਂ ਮੁੱਦੇ ਨੇ ਕਾਂਗਰਸ ਕੋਲ ਕਹਿਣ ਨੂੰ ਕੁਛ ਨਹੀਂ ਹੈਗਾ ਇਹਦਾ ਸਿਰਫ ਅਤੇ ਸਿਰਫ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਇੱਕ ਰੈਲੀ ਰੱਖੀ ਆ ਉਹ ਅਕਾਲੀ ਦਲ ਨਹੀਂ ਕਹਿੰਦਾ ਕਾਂਗਰਸ ਪਾਰਟੀ ਦੇ ਆਪ MLA ਇਹ ਗੱਲ ਮੰਨ ਗਏ ਨੇ ਵੀ ਜਿਹੜਾ ਕਿ ਰੈਲੀ ਰੱਖੀ ਆ ਗਲਤ ਰੱਖੀ ਆ ਇਹ ਕਾਂਗਰਸ ਦਾ ਕੰਮ ਨਹੀਂ ਇਹ ਤਾਂ ਵਿਰੋਧੀ ਪਾਰਟੀਆਂ ਦਾ ਕੰਮ ਸੀ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਸਰਬਜੀਤ ਪਨੇਸਰ ਅਤੇ ਹਰਜੀਤ ਦੁਗਰੀ ਦੇ ਨਾਲ ਫੋਕਸ .ਪੰਜਾਬੀ your city your news